सो हाँ जी, की हाल चाल ने दोस्तों। अज हैगी 6 तरीक ते असी 5th व्लॉग तुहाडे सामने लैके आ रहे हैं। सो अज भी स्टूडियो दे विच काफ़ी काम है सानू। अज रिकॉर्डिंग्स ने हुणे मतलब थोड़ी देर तक रिकॉर्डिंग शुरू होएगी, ते उस तो बाद काफ़ी सारे ट्रैक ने, कुछ मिक्स मास्टर करने ने, कुछ म्यूजिक बनाउणा है। सो साडा सारे दिन की कार्रवाई तुसीं नाल नाल देखते रहो। सो हुण आए ने जी साढ़े कोल डॉक्टर गुरजिंदर सिंह जी, ते आपां करन लगे हां जी रिकॉर्डिंग कविशरी। ते ऐ भाई साहब होने ने, ऐ भाई साहब जी ने, ते कविशरी बहुत वधिया गाउंदे ने, हुणे सुनिया इहनां तों। सो असीं अजे तुहानूं सुणावांगे नहीं कि की है, बाद विच तुसीं फाइनल रिजल्ट सुणियो। असीं अजे जस्ट क्लिप्स होणगीआं कि असीं रिकॉर्डिंग कर रहे हां, ते बहुत वधिया सुर कलाम है इहनां दा। तो हुण असीं बना रहे कुछ रिकॉर्डिंग करन लगे हां जी, स्टार्ट। एक मिनट उन्हां भाई साहब दी हो गई है डबिंग। सुन इन्हां दी भाजी उन्हां दी वारी है, सो करन जा रहे इन्हां दी भी डबिंग। जिहड़ी हुण बोली है ना लाइन, इह दा लास्ट जिहड़ा एंड है ना, ਉਹ ਛੋਟਾ ਜਿਹਾ ਛੱਡਣਾ ਆ, ਜ਼ਿਆਦਾ ਜ਼ਿਆਦਾ ਲੰਬਾ ਨਾ ਛੱਡੋ, ਕਿਉਂਕਿ ਵਿੱਚੋਂ ਉਹ ਲਾਈਨ ਨਿਕਲ ਰਹੀ ਹੈ ਨਾ ਅਗਲੀ ਵੀ। ਸੋ ਡਬਿੰਗ ਮੁੱਕ ਗਈ ਹੈ ਜੀ, ਅਤੇ ਸਾਨੂੰ 5 ਘੰਟੇ ਲੱਗ ਗਏ ਨੇ। ਸੋ 5 ਘੰਟੇ ਲਗਾਤਾਰ ਅਸੀਂ ਡਬਿੰਗ ਕੀਤੀ ਹੈ, ਕਿਉਂਕਿ ਕਾਫ਼ੀ ਸਾਰੀਆਂ ਕਵਿਸ਼ਰੀਆਂ ਸੀਗੀਆਂ ਜਿਹੜੀਆਂ ਅਸੀਂ ਰਿਕਾਰਡ ਕੀਤੀਆਂ ਨੇ, ਅਤੇ ਬਹੁਤ ਸੋਹਣਾ ਗਾਇਆ ਭਾਅ ਜੀ ਹੋਣਾ ਨੇ। ਅਤੇ ਹੁਣ ਭਾਅ ਜੀ ਹੋਣੀ ਦੱਸਣਗੇ ਐਕਸਪੀਰੀਅੰਸ ਕਿੱਦਾਂ ਦਾ ਸੀ ਇਹਨਾਂ ਦਾ, ਅਤੇ ਕਿੱਦਾਂ ਰਿਹਾ ਸਿਸਟਮ ਦੱਸੋ ਜੀ। ਸਾਡਾ ਕੋਈ ਤਜਰਬਾ ਨਹੀਂ ਸੀ ਵੈਸੇ ਮਿਊਜ਼ਿਕ ਦੇ ਨਾਲ ਕਵਿਸ਼ਰੀ ਕਰਨ ਦਾ, ਤੇ ਵੀਰ ਜੀ ਹੋਣਾ ਨੇ ਬੜੇ ਪਿਆਰ ਦੇ ਨਾਲ ਬਹੁਤ ਬਰੀਕੀਆਂ ਸਮਝਾ ਕੇ ਵੀ ਮਿਊਜ਼ਿਕ ਦੇ ਵਿੱਚ ਕਿਵੇਂ ਬੋਲਣਾ ਹੈ, ਉਹਨਾਂ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਇਆ, ਤੇ ਜੋ ਅਸੀਂ ਪੂਰਾ ਕਰਨ ਦਾ ਯਤਨ ਕੀਤਾ, ਸ਼ਾਇਦ ਇਹਨਾਂ ਦੀ ਜੋ ਬਰੀਕੀਆਂ ਦੱਸਣੀਆਂ ਚਾਹੁੰਦੇ ਸੀ ਉਹ ਨਹੀਂ ਸਮਝ ਸਕੇ, ਫਿਰ ਵੀ ਬਹੁਤ ਪਿਆਰ ਦੇ ਨਾਲ ਦੱਸ ਕੇ ਇਹਨਾਂ ਨੇ ਸਾਨੂੰ ਮਿਊਜ਼ਿਕ ਦੇ ਨਾਲ ਕਵੀਸ਼ਰੀ ਬੋਲਣ ਦਾ ਜਿਹੜਾ ਵਾ ਤਜਰਬਾ ਦੱਸਦੇ ਰਹੇ ਨੇ, ਤੇ ਅਸੀਂ ਉਹਦੇ ਤੇ ਬੋਲਣ ਦਾ ਯਤਨ ਕੀਤਾ ਵਾ। ਅੱਗੇ ਹੁਣ ਜਦੋਂ ਉਹ ਸਰੋਤਿਆਂ ਦੀ ਕਚਹਿਰੀ ਵਿੱਚ ਆਵੇਗੀ ਕਵੀਸ਼ਰੀ ਮਿਊਜ਼ਿਕ ਦੇ ਨਾਲ, ਫਿਰ ਪਤਾ ਲੱਗੇਗਾ ਵੀ ਅਸੀਂ ਕਿੰਨੀ ਕੁ ਸਫਲਤਾ ਉਹਦੇ ਵਿੱਚ ਹਾਸਲ ਕੀਤੀ ਹੈ। ਤੇ ਵੀਰ ਜੀ ਦੇ ਤਜਰਬੇ ਦਾ ਤੇ ਬਹੁਤ ਸਾਰੇ ਸੱਜਣਾਂ ਨੇ ਅੱਗੇ ਸਾਨੂੰ ਦੱਸਿਆ ਹੋਇਆ, ਬਹੁਤ ਸਾਰੇ ਕਵੀਸ਼ਲ ਢਾਡੀ ਸਾਡੇ ਜਿਹੜੇ ਨੇ ਉਹ ਇਹਨਾਂ ਕੋਲ ਰਿਕਾਰਡਿੰਗਾਂ ਕਰਾਉਂਦੇ ਨੇ, ਤੇ ਅਸੀਂ ਵੀ ਇਹਨਾਂ ਕੋਲ ਆਏ ਹਾਂ, ਤੇ ਬਹੁਤ ਵਧੀਆ ਲੱਗਾ ਵੀਰ ਜੀ ਨੂੰ ਮਿਲ ਕੇ। ਧੰਨਵਾਦ ਵੀਰ ਜੀ ਦਾ। ਚਲੋ ਧੰਨਵਾਦ ਤੁਹਾਡਾ, ਕਿਉਂਕਿ ਸਾਨੂੰ ਸੁਰੀਲੇ ਬੰਦੇ ਸੁਣਨ ਦਾ ਮੌਕਾ ਮਿਲਿਆ, ਨਹੀਂ ਤੇ 5 ਘੰਟੇ ਕੱਢਣੇ ਤੇ ਬੜੇ ਔਖੇ ਹੁੰਦੇ ਨੇ, ਉਹ ਸੁਰ ਕੰਨਾਂ ਚ ਪੈਂਦਾ ਰਹੇ ਨਾ, ਤੇ ਉਹ ਨਾਲ ਦੇ ਨਾਲ ਵਧੀਆ ਲੱਗਦਾ। ਤੁਹਾਡਾ ਵੀ ਬਹੁਤ ਵਧੀਆ ਉਪਰਾਲਾ ਹੈ ਕਿ ਤੁਸੀਂ ਇੰਨੇ ਜਿਹੜੇ ਵਿਦਵਾਨਾਂ ਨੂੰ ਸਾਡੇ ਕੋਲ ਲਿਆ ਰਹੇ ਹੋ। ਸੋ ਇਹ ਕਬੂਤਰ ਦਾ ਬੱਚਾ ਹੈ ਸਟੂਡੀਓ ਦੇ ਵਿੱਚ, ਇਹ ਨਾ ਡਰ ਰਿਹਾ ਹੈ ਤੇ ਉੱਪਰੋਂ ਡਿੱਗ ਪਿਆ ਹੈ, ਤੇ ਇਹਨੇ ਉੱਪਰ ਆਲਣਾ ਪਾਇਆ ਹੋਇਆ ਸੀ ਇਹਦੀ ਮੰਮਾ ਨੇ, ਤੇ ਅਸੀਂ ਆਲਣਾ ਤੋੜਿਆ ਨਹੀਂ, ਅਸੀਂ ਕਿਹਾ ਕਿ ਚੱਲ ਬੱਚਾ ਦੇਣਾ ਹੈ ਉਹਨੇ, ਤੇ ਇਹ ਹੁਣ ਬੈਠਾ ਹੋਇਆ ਇੱਥੇ ਘਬਰਾਇਆ ਪਿਆ ਹੈ। ਐਵੇਂ ਪਾਣੀ ਪਿਆ ਯਾਰ, ਇਹਨੂੰ ਪਾਣੀ ਪਿਲਾ ਯਾਰ, ਜਾਂ ਪਾਣੀ ਲਿਆ ਕੇ ਇਹ ਚੀਜ਼ 'ਚ ਫੜ ਕੇ। ਦੀਪੂ ਖਾਲਾ ਯਾਰ, ਖਾਲਾ ਹਲੇ ਖਾਂਦਾ ਕਿਉਂ ਨਹੀਂ ਹੈ ਮੇਰੀ, ਖਾਊਗਾ ਖਾਊਗਾ, ਤੂੰ ਖਵਾ ਕੇ ਵੇਖ ਲਾ ਯਾਰ ਭਰਾ, ਕੀ ਪਤਾ ਤੇਰੇ ਤੋਂ ਖਾਲੇ। ਅਰੇ ਖਾ ਨਹੀਂ ਰਿਹਾ ਹੁਣ, ਕਿਸੇ ਨੂੰ ਆਈਡੀਆ ਹੈਗਾ ਦੱਸੋ ਕਿੱਦਾਂ ਖਾਊਗਾ, ਅਸੀਂ ਬਚਾਉਣਾ ਚਾਹੁੰਦੇ ਇਹਨੂੰ, ਬਾਅਦ 'ਚ ਜਾਣਾ ਇਹਨੂੰ ਕੀ ਹੋਣਾ। ਆਹ ਦੇਖੋ ਕੈਸੀ ਗੱਲ ਕਰਤੀ ਯਾਰ, ਕੈਸੀ ਗੱਲ, ਇੱਧਰ ਆ ਯਾਰ, ਇੱਧਰ ਆ, ਮੂੰਹ ਦਿਖਾਈ ਆਪਣਾ, ਕਹਿੰਦਾ ਦੀਦੀ ਧੌਣ ਤੇ ਚਪੇੜ ਮਾਰੋ, ਇੱਧਰ 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 ਆਈ, ਇੱਧਰ ਆਈ, ਇੱਧਰ ਆਈ ਯਾਰ। ਆਹ ਬੰਦਾ ਕਹਿੰਦਾ ਤੂੰ ਫੇਰ ਇੱਧਰ ਮੂੰਹ ਨਹੀਂ ਦਿਖਾਉਂਦਾ ਵੇ, ਆ ਜੇ ਬੰਦਾ ਭਾਉ ਦੀ ਮਸ਼ੂਕ ਵਾਲਾ। ਚੱਲ ਚੱਲ ਚੱਲ, ਕੋਈ ਸਾਡੀ ਵੀ ਤਾਰੀਫ ਕਰਦੀ ਦੀਦੀ ਕੋਲੋਂ ਸਿੱਖੀ ਲੈ।
ਤੇ ਫਿਰ ਇਦਾਂ ਸੱਚ ਦੱਸਿਆ ਕਰਨਾ ਚ ਗਾ ਕੇ ਸੁਣਾ ਗਾ ਵੀ ਕੋਚ ਸਿੱਖ ਰਹੀ ਕੋਈ ਗੱਲ ਨਹੀਂ ਗਾ ਕੇ ਸੁਣਾ ਕੁਛ ਚਲ ਵਜਾ ਫਿਰ ਤੈਨੂੰ ਮੁੰਬਈ ਨੀ ਫਿਰ ਲੈ ਕੇ ਜਾਣਾ ਤੈਨੂੰ ਮੈਂ ਦੱਸਤਾ ਮੁੰਬਈ ਦੀ ਟਿਕਟ ਨਹੀਂ ਮਿਲਦੀ ਇਹ ਬਾਸ ਉਹਨੇ ਤੋਂ ਜ਼ਿਆਦਾ ਸੋ ਹੁਣੇ ਐਮੀ ਭਾ ਨੇ ਗਾਣਾ ਭੇਜਿਆ ਇੱਕ ਐਮੀ ਆਮਨਤ ਨੇ ਬਹੁਤ ਸੋਹਣਾ ਗਾਣਾ ਇਹ ਆਪਾਂ ਬਣਾ ਰਹੇ ਹਾਂ ਤੇ ਅੰਤਰਾਮ ਦਾ ਸੁਣੋ ਥੋੜਾ ਜਿਹਾ ਬੋਲ ਕਿਸੇ ਲਈ ਜ਼ਹਿਰ ਨਾ ਬਣ ਜਾਵੇ ਤੇਰਾ ਦੇਖੀ ਕੋਈ ਵੀ ਫੈਸਲਾ ਕਿਸੇ ਲਈ ਕਹਿਰ ਨਾ ਬਣ ਜਾਵੇ ਜੇ ਬਣਨਾ ਦੁਆ ਤੂੰ ਬਣ ਜਾਈ ਕਿਸੇ ਦੀ ਵੰਡ ਲਈ ਪੀੜ ਕਿਸੇ ਦੇ ਹਿੱਸੇ ਦੀ ਤੇਰੀ ਖਾਤਿਰ ਨਾ ਕੋਈ ਹੋਵੇ ਸੱਜਣਾ ਰੋ ਰੋ ਮਰਦਾ ਕਿਸੇ ਦਾ ਦਿਲ ਦਿਖਾਉਣ ਦਾ ਗੁਨਾਹ ਵੀ ਅੱਲਾ ਮਾਫ ਨਹੀਂ ਕਰਦਾ ਕਿਸੇ ਦਾ ਦਿਲ ਦਿਖਾਉਣ ਦਾ ਗੁਨਾਹ ਵੀ ਅੱਲਾ ਮਾਫ ਨਹੀਂ ਕਰਦਾ ਕਿਸੇ ਦਾ ਦਿਲ ਦਿਖਾਉਣ ਦਾ ਗੁਨਾਹ ਵੀ ਅੱਲਾ ਮਾਫ ਨਹੀਂ ਕਰਦਾ स्टूडेंट है पारोल है मुंडा बहुत बदतमीज बच्चा है माण वाली गल की ही गाना तेरा की ही स्टिल स्ट्रगल आखना झुका देने रब तो ना डर देने उन्होंने मैं कल गल पा दव मैनू मेरी जिंदगी ने की सिखाया गल लफजा दे विच मैं सुना दव वेरी गुड यार अगे नालों प्रैक्टिस की है मुंडे ने मैनू अगे नालों रियाज किया इन्हें रियाज भी हुण मतलब दिन रात करदा है दिन रात एक कहिंदा मैं कर देना ਤੇ ਗਾਣਾ ਬੜੀ ਵਧੀਆ ਤਰੀਕੇ ਨਾਲ ਆਪਾਂ ਕਰਾਂਗੇ ਰਿਲੀਜ਼ ਉਧਰ ਵੀ ਬੱਚੇ ਬੈਠੇ ਨੇ ਸਾਡੇ ਸਟੂਡੈਂਟ ਉਹ ਆਪਣਾ ਗਾ ਰਹੇ ਨੇ ਵਿਖਾ ਕੇ ਆਵਾਂ ਮੈਂ ਹਾਂਜੀ ਹਾਂਜੀ ਵਿਖਾਓ ਜੀ ਵਿਖਾਓ ਇਹ ਕਾ ਵੇਲੇ ਆ ਜਾਂਦੇ ਪਾਣੀ ਕਿੱਥੋਂ ਆ ਜਾਂਦੇ ਨੱਟ ਚਲਾਉਣ ਸਾਰੇ ਸਾਰੇ ਦਿਹਾੜੀ ਦੇ ਆ ਸਾਡੇ ਅੱਜ ਕੱਲ ਕਸਮਾਂ ਵਾਦੇ ਟੁੱਟਦਿਆਂ ਬਹੁਤੀ ਦੇਰ ਨਾ ਲੱਗਦੀ ਹੁਣ ਇਹਦਾ ਵੀ ਗਾਣਾ ਤਿਆਰ ਕਰਦੇ ਹਾਂ ਸੋ ਦਿਨ ਅੱਜ ਦਾ ਜਿਹੜਾ ਹੈ ਮੁੱਕ ਗਿਆ ਹੈ ਸੋ ਕੱਲ੍ਹ ਨੂੰ ਆਪਾਂ ਨਵੇਂ ਵਲੋਗ ਦੇ ਨਾਲ ਨਵੀਆਂ ਜਿਹੜੀਆਂ ਸਾਡੀਆਂ ਜੋ ਵੀ ਚੱਲਦਾ ਸਟੂਡੀਓ ਦੇ ਵਿੱਚ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ ਤਦ ਤੱਕ ਲਈ ਸ਼ੁਕਰੀਆ ਜੀ ਮਿਹਰਬਾਨੀ ਰੱਬ ਰਾਖਾ ਧੰਨਵਾਦ ਜੀ ਅੱਜ ਦਾ ਵਲੋਗ ਇੱਥੇ ਸਪੋਰਟ ਕਰ तेरा गाना ना साइया आड़ दे कैमरा कर लेंदे